ਕੈਨੇਡਾ ਸਰਕਾਰ ਵੱਲੋਂ ਇੱਕ ਗੁੱਡ ਨਿਊਜ਼ ਆਈ ਹੈ ਸਟੂਡੈਂਟਸ ਵਾਸਤੇ। ਜਿਹੜੀ 20 ਘੰਟੇ ਦੀ ਸਟੂਡੈਂਟਸ ਦੀ ਕੰਮ ਕਰਨ ਦੀ ਲਿਮਿਟ ਹੁੰਦੀ ਸੀ, ਸਰਕਾਰ ਉਹਨੂੰ ਟੈਂਪਰੇਰੀਲੀ ਸਸਪੈਂਡ ਕਰ ਰਹੀ ਹੈ। ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਅੱਜ ਹੀ ਸਵੇਰੇ ਅਨਾਊਂਸਮੈਂਟ ਕੀਤੀ ਹੈ। ਪਾਇਲਟ ਪ੍ਰੋਜੈਕਟ ਦੇ ਅਧੀਨ 15 ਨਵੰਬਰ 2022 ਤੋਂ ਲੈ ਕੇ 31 ਦਸੰਬਰ 2023 ਤੱਕ ਸਟੂਡੈਂਟਸ ਦੇ ਉੱਤੇ ਜਿਹੜੀ 20 ਘੰਟੇ ਦੀ ਲਿਮਿਟ ਹੁੰਦੀ ਸੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਤਾਂ ਸਟੂਡੈਂਟਸ ਹੁਣ ਲੀਗਲੀ ਸਿੰਧ ਦੇ ਉੱਤੇ 20-30-40-50 ਘੰਟੇ ਜਿੰਨੀ ਦੇਰ ਮਰਜ਼ੀ ਚਾਹੁਣ ਉਨੀ ਦੇਰ ਕੰਮ ਕਰ ਸਕਦੇ ਨੇ। ਇਹ ਟੈਂਪਰੇਰੀ ਸਸਪੈਂਸ਼ਨ ਇਸ ਲਈ ਲਿਆਂਦੀ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਵਰਕਫੋਰਸ ਦੀ ਘਾਟ ਚੱਲ ਰਹੀ ਹੈ, ਤਾਂ ਉਹਦੀ ਪੂਰਤੀ ਕਰਨ ਵਾਸਤੇ ਸਰਕਾਰ ਨੇ ਇਹ ਡਿਸੀਜਨ ਲਿਆ। ਪਰ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ 15 ਨਵੰਬਰ 2022 ਤੋਂ ਪਹਿਲਾਂ ਜੇ ਐਜ਼ ਅ ਸਟੂਡੈਂਟ ਤੁਸੀਂ 20 ਘੰਟੇ ਤੋਂ ਵੱਧ ਕੰਮ ਕਰਦੇ ਹੋ ਤਾਂ ਇਲੀਗਲ ਮੰਨਿਆ ਜਾਊਗਾ, ਕਿਉਂਕਿ ਇਹ ਪ੍ਰੋਜੈਕਟ, ਇਹ ਪਾਇਲਟ ਪ੍ਰੋਜੈਕਟ 15 ਨਵੰਬਰ 2020 ਤੋਂ ਸ਼ੁਰੂ ਹੋ ਰਿਹਾ। ਤਾਂ ਇਸ ਗੱਲ ਦਾ ਬਸ ਖਾਸ ਧਿਆਨ ਰੱਖਣ ਸਾਰੇ ਸਟੂਡੈਂਟ।